ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਦੂਸਰੇ ਤੇ ਭਿਆਨਕ ਦੌਰ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜ਼ਰੂਰ ਹੁਣ ਹਲਚਲ ਮੱਚ ਗਈ ਹੈ, ਕਿਉਂਕਿ ਭਾਰਤ ਦੇ ਨਾਲ ਜੋ ਯਾਤਰਾ ਕੀਤੀ ਜਾ ਰਹੀ ਹੈ ਉਸ 'ਤੇ ਪਾਬੰਦੀਆਂ ਲਾਉਣ ਦਾ ਐਲਾਨ ਕਈ ਮੁਲਕਾਂ ਨੇ ਕਰ ਦਿੱਤਾ ਅਤੇ ਹੁਣ ਹੋਰ ਵੀ ਨਵੇਂ ਐਲਾਨ ਆਉਣੇ ਸ਼ੁਰੂ ਹੋ ਗਏ ਨੇ। ਇੱਕ ਨਵੀਂ ਸਲਾਹ ਦਿੱਤੀ ਹੈ ਅਮਰੀਕਾ ਦੇ ਜਿਹੜੇ ਉੱਘੇ ਸਿਹਤ ਮਾਹਿਰ ਨੇ ਅਤੇ ਮਹਾਮਾਰੀ ਦੇ ਮਾਹਿਰ ਨੇ ਡਾਕਟਰ ਐਂਥਨੀ ਫਾਉਚੀ। ਉਹਨਾਂ ਨੇ ਭਾਰਤ ਨੂੰ ਸਲਾਹ ਦਿੱਤੀ ਹੈ ਕਿ ਭਾਰਤ ਦੇ ਵਿੱਚ 2 ਹਫ਼ਤਿਆਂ ਦਾ ਮੁਕੰਮਲ ਲੋਕਡਾਊਨ ਲੱਗਣਾ ਚਾਹੀਦਾ ਹੈ ਜੋ ਭਾਰਤ ਦੇ ਹਾਲਾਤ ਬਣੇ ਹੋਏ ਨੇ। ਡਾਕਟਰ ਐਂਥਨੀ ਫਾਉਚੀ ਦਾ ਕਹਿਣਾ ਹੈ ਕਿ ਜੇ ਇਸ ਵਕਤ ਮੈਂ ਭਾਰਤ ਦੇ ਵਿੱਚ ਹੁੰਦਾ, ਹਾਲਾਂਕਿ ਮੈਂ ਭਾਰਤ ਦੀਆਂ ਨੀਤੀਆਂ ਦੀ ਕੋਈ ਆਲੋਚਨਾ ਤਾਂ ਨਹੀਂ ਕਰ ਰਿਹਾ, ਪਰ ਜੋ ਹਾਲਾਤ ਬਣੇ ਹੋਏ ਨੇ, ਆਕਸੀਜਨ ਦੀ ਕਮੀ ਹੈ, ਬੈੱਡਾਂ ਦੀ ਕਮੀ ਹੈ, ਲੋਕ ਕਿਸ ਤਰ੍ਹਾਂ ਤਰਾਹੀ ਤਰਾਹੀ ਕਰ ਰਹੇ ਨੇ, ਅਜਿਹੇ ਵਿੱਚ ਜਿਹੜਾ ਮੁਕੰਮਲ ਲੋਕਡਾਊਨ ਹੈ ਉਹ ਲਾਉਣਾ ਚਾਹੀਦਾ ਹੈ ਤਾਂ ਕਿ ਲੋਕ ਨੇ ਜਿਹੜੇ ਉਹ ਆਪੋ ਆਪਣੇ ਘਰਾਂ ਦੇ ਵਿੱਚ ਬੈਠ ਜਾਣ ਅਤੇ ਮਹਾਂਮਾਰੀ 'ਤੇ ਥੋੜ੍ਹਾ ਕਾਬੂ ਪਾਇਆ ਜਾ ਸਕੇ। ਇਹ ਤਾਂ ਅਮਰੀਕਾ ਦੀ ਸਲਾਹ ਹੈ। ਅਤੇ ਹੁਣ ਕੈਨੇਡਾ ਤੋਂ ਇੱਕ ਹੋਰ ਖਬਰ ਆ ਰਹੀ ਹੈ। ਹੁਣੇ ਆਪਾਂ ਆਸਟ੍ਰੇਲੀਆ ਤੋਂ ਸੁਣਿਆ ਕਿ ਕਿਵੇਂ ਆਸਟ੍ਰੇਲੀਆ ਦੀ ਸਰਕਾਰ ਨੇ ਬਹੁਤ ਹੀ ਸਖ਼ਤ ਐਲਾਨ ਕਰ ਦਿੱਤਾ ਕਿ ਸਾਡੇ ਆਪਣੇ ਨਾਗਰਿਕ ਜਿਹੜੇ ਭਾਰਤ ਗਏ ਹੋਏ ਨੇ ਉਹ ਵੀ ਵਾਪਸ ਨਾ ਆਉਣ, ਨਹੀਂ ਉਹਨਾਂ ਨੂੰ 5 ਸਾਲ ਦੀ ਸਜ਼ਾ ਜਾਂ ਫਿਰ ਭਾਰੀ ਜੁਰਮਾਨਾ ਲਾਵਾਂਗੇ। ਅਤੇ ਹੁਣ ਕੈਨੇਡਾ ਦੀ ਓਨਟਾਰੀਓ ਸਰਕਾਰ ਨੇ ਕੌਮਾਂਤਰੀ ਵਿਦਿਆਰਥੀਆਂ ਦੀ ਆਮਦ 'ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਓਨਟਾਰੀਓ ਦੀ ਸਰਕਾਰ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਮਹਾਂਮਾਰੀ ਦੇ ਦੂਸਰੇ ਦੌਰ ਦੇ ਵਿੱਚ ਕਈ ਮੁਲਕ ਪ੍ਰਭਾਵਿਤ ਹੋ ਰਹੇ ਨੇ, ਅਜਿਹੇ ਵਿੱਚ ਸਾਨੂੰ ਲੋੜ ਹੈ ਕਿ ਅਸੀਂ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਇੱਥੇ ਨਾ ਆਉਣ ਦੇਈਏ। ਇਹ ਸਰਕਾਰ ਤੋਂ ਉਹਨਾਂ ਨੇ ਮੰਗ ਕੀਤੀ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹਾਲੇ ਰੋਕ ਦਿੱਤਾ ਜਾਵੇ, ਦਾਖਲੇ ਜਿਨ੍ਹਾਂ ਦੇ ਹੋਏ ਨੇ ਉਹਨਾਂ ਦੀ ਔਨਲਾਈਨ ਪੜ੍ਹਾਈ ਜਾਰੀ ਰੱਖੀ ਜਾਵੇ। ਅਤੇ ਓਨਟਾਰੀਓ ਦੇ ਵਿੱਚ ਜੇ ਆਪਾਂ ਦੇਖ ਲਈਏ ਜਿੰਨੇ ਵੀ ਕਾਲਜ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਧ ਭਾਰਤੀ ਵਿਦਿਆਰਥੀ ਹੁੰਦੇ ਨੇ ਅਤੇ ਭਾਰਤ ਦੇ ਵਿੱਚੋਂ ਸਭ ਤੋਂ ਵੱਧ ਪੰਜਾਬੀ ਵਿਦਿਆਰਥੀ ਹੁੰਦੇ ਨੇ। ਸੋ ਜੇ ਓਨਟਾਰੀਓ ਸਰਕਾਰ ਇਹ ਫੈਸਲਾ ਲਾਗੂ ਕਰ ਦਿੰਦੀ ਹੈ, ਓਨਟਾਰੀਓ ਸਰਕਾਰ ਦੀ ਇਸ ਮੰਗ ਦੇ ਉੱਤੇ ਜਿਹੜੀ ਕੈਨੇਡਾ ਦੀ ਸਰਕਾਰ ਫੈਸਲਾ ਲੈਂਦੀ ਹੈ ਤਾਂ ਸਭ ਤੋਂ ਵੱਧ ਪ੍ਰਭਾਵਿਤ ਪੰਜਾਬੀ ਵਿਦਿਆਰਥੀ ਹੋਣਗੇ ਅਤੇ ਪੰਜਾਬੀ ਵਿਦਿਆਰਥੀਆਂ ਦਾ ਇਸ ਦੇ ਨਾਲ ਕਾਫੀ ਨੁਕਸਾਨ ਹੋਊਗਾ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਇਹ ਕਹਿੰਦਿਆਂ ਕਿਹਾ ਕਿ ਓਨਟਾਰੀਓ ਦੇ ਵਿੱਚ ਸਾਰੇ ਨਵੇਂ ਕੇਸਾਂ ਦੇ ਵਿੱਚੋਂ 94% ਵਾਇਰਸ ਦੇ ਨਵੇਂ ਰੂਪ ਨੇ ਜੋ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਬਾਹਰੋਂ ਆਉਂਦੇ ਲੋਕਾਂ ਦੇ ਰਾਹੀਂ ਇੱਥੇ ਆ ਰਹੇ ਨੇ। ਇਸ ਕਰਕੇ ਉਹਨਾਂ ਨੇ ਸੰਘੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਕੈਨੇਡਾ ਵਿੱਚ ਆਉਣ 'ਤੇ ਰੋਕ ਲਾਈ ਜਾਵੇ। ਧੰਨਵਾਦ।